ਸਤਿ ਸ੍ਰੀ ਅਕਾਲ ਜੀ YouTube ਚੈਨਲ ਸਟੱਡੀ ਪੰਜਾਬ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ 27 6 2023 ਨੂੰ ਅੱਜ ਇੱਕ ਨੋਟਿਸ ਆਇਆ ਜੀ ਜਿਵੇਂ ਮੈਂ ਆਪਾਂ ਕੱਲ ਦੱਸਿਆ ਸੀ ਜੀ ਸਾਰਿਆਂ ਨੂੰ ਕਿ ਤੁਹਾਨੂੰ ਸਾਰਿਆਂ ਨੂੰ 2 ਜਾਂ 3 ਦਿਨਾਂ ਦੇ ਵਿੱਚ ਸਟੇਸ਼ਨ ਚੁਆਇਸ ਦੇ ਲਈ ਬੁਲਾਇਆ ਜਾਊਗਾ ਜੀ ਦੇਖੋ ਜੀ ਅੱਜ ਦਾ ਨੋਟਿਸ ਆਇਆ ਜੀ ਪਬਲਿਕ ਨੋਟਿਸ ਕੀ ਹੈਗਾ ਸਿੱਖਿਆ ਵਿਭਾਗ ਵੱਲੋਂ 41 ਘਾਟ ਮਾਸਟਰ ਕਾਡਰ ਭਰਤੀ ਇਸ਼ਤਿਹਾਰ ਨੰਬਰ 16 12 21 8122 ਤੇ ਬੈਕਲੋਗ 500 ਜਿਹੜੀਆਂ 98 ਸੀ ਮਾਸਟਰ ਕਾਡਰ ਭਰਤੀ ਦੀ ਇਸ਼ਤਿਹਾਰ ਨੰਬਰ 1682129921 ਤਹਿਤ ਵੱਖ-ਵੱਖ ਵਿਧੀਆਂ ਦੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਲਈ ਸੱਦਾ ਪੱਤਰ ਦਿੱਤਾ ਜਾਂਦਾ ਹੈ ਦੇਖੋ ਜੀ ਖੁਸ਼ਖਬਰੀ ਇਹ ਆ ਗਈ ਵੀ ਤੁਹਾਨੂੰ ਸਟੇਸ਼ਨ ਦੇ ਲਈ ਬੁਲਾ ਲਿਆ ਗਿਆ ਸਟੇਸ਼ਨ ਚੋਣ ਸਵੇਰੇ 9:00 ਵਜੇ ਸ਼ੁਰੂ ਕੀਤੀ ਜਾਵੇਗੀ ਠੀਕ ਹੈ ਜੀ ਨੋਟ ਉਮੀਦਵਾਰ ਆਪਣੇ ਨਾਲ ਉਹਨਾਂ ਦੀ ਲੌਗਇਨ ਆਈਡੀ ਤੇ ਅਪਲੋਡ ਕੀਤੇ ਨਿਯੁਕਤੀ ਪੱਤਰ ਦੀ ਫੋਟੋਗ੍ਰਾਫੀ ਜਿਹੜੇ ਆਪਣੇ ਲੌਗਇਨ ਆਈਡੀ ਦੇ ਵਿੱਚ ਜੀ ਨਿਯੁਕਤੀ ਪੱਤਰ ਦੀ ਜਿਹੜੀ ਫੋਟੋਗ੍ਰਾਫੀ ਦੀ ਉਹ ਨਾਲ ਲੈ ਕੇ ਜਾਣੀ ਆ ਜੀ ਅਤੇ ਆਪਣਾ ਅਸਲ ਪੱਤਰ ਜਿਹੜਾ ਆਧਾਰ ਕਾਰਡ ਵੋਟਰ ਕਾਰਡ ਕੋਈ ਵੀ ਪਛਾਣ ਪੱਤਰ ਹੋਊਗਾ ਉਹ ਲੈ ਕੇ ਜਾਣਾ ਜੀ ਦੇਖੋ ਜੀ ਸ਼ਡਿਊਲ ਕੀ ਆ ਇਹਨਾਂ ਦਾ ਹਿੰਦੀ ਦੇ ਵਿੱਚ ਜਿਹੜੇ ਹਿੰਦੀ ਵਿੱਚ ਦੇ ਵਿੱਚ ਉਮੀਦਵਾਰਾਂ ਦੇ ਜਿਹੜਾ ਕੀ ਹੈਗਾ ਰੋਸਟ ਨੰਬਰ ਦੇ ਅਕੋਰਡਿੰਗ ਅੱਜ ਲਿਸਟ ਪਾਈ ਹੈਗੀ ਇਹਨਾਂ ਨੇ 1 ਤੋਂ ਲੈ ਕੇ ਜਿਹੜੇ 408 ਦੇ ਵਿੱਚ ਬਣਦੇ ਨੇ ਤਾਂ ਉਹਨਾਂ ਨੂੰ 28 6 2023 ਨੂੰ ਮਤਲਬ ਕਿ ਕੱਲ ਨੂੰ ਹੀ ਬੁਲਾਇਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਪੰਜਾਬੀ ਦੇ ਵਿੱਚੋਂ 1 ਤੋਂ ਲੈ ਕੇ 225 ਤੱਕ ਉਹਨਾਂ ਨੂੰ 29 ਛੇ ਨੂੰ ਬੁਲਾਇਆ ਗਿਆ ਹੈਗਾ ਜੀ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ 226 ਤੋਂ ਲੈ ਕੇ 872 ਤੱਕ 30 ਤਰੀਕ ਨੂੰ ਬੁਲਾਇਆ ਗਿਆ ਹੈਗਾ ਇੰਗਲਿਸ਼ ਵਾਲਿਆਂ ਨੂੰ 1 ਤੋਂ ਲੈ ਕੇ 251 ਤੱਕ ਦਿਆਂ ਨੂੰ 28 ਤਰੀਕ ਨੂੰ ਬੁਲਾਇਆ ਗਿਆ ਜੀ ਉਸ ਤੋਂ ਬਾਅਦ ਇੰਗਲਿਸ਼ ਦੇਿਆਂ ਨੂੰ 252 ਤੋਂ ਲੈ ਕੇ 598 ਤੱਕ ਉਹਨਾਂ ਨੂੰ 29 ਤਰੀਕ ਨੂੰ ਬੁਲਾਇਆ ਗਿਆ ਜੀ ਐਵੇਂ ਇੰਗਲਿਸ਼ ਦੇ ਵਿੱਚ 602 ਤੋਂ ਲੈ ਕੇ 1548 ਤੱਕ 30 ਤਰੀਕ ਨੂੰ ਬੁਲਾਇਆ ਗਿਆ ਜੀ ਸਮਾਜਿਕ ਸਿੱਖਿਆ ਦੇ ਵਿੱਚ 1 ਤੋਂ ਲੈ ਕੇ 282 ਤੱਕ ਇਹਨਾਂ ਨੂੰ 28/6/2023 ਤੱਕ ਬੁਲਾਇਆ ਗਿਆ ਜੀ ਉਸ ਤੋਂ ਬਾਅਦ ਸਮਾਜਿਕ ਸਿੱਖਿਆ ਦੇ ਜਿਹੜੇ ਬਾਕੀ 283 ਤੋਂ ਲੈ ਕੇ 1096 ਤੱਕ ਇਹਨਾਂ ਨੂੰ 29 ਤਰੀਕ ਨੂੰ ਬੁਲਾਇਆ ਗਿਆ ਠੀਕ ਹੈ ਜੀ ਆ ਉਹਨਾਂ ਦਾ ਵੈਨਿਊ ਹੈ ਜੀ ਚੈੱਕ ਕਰ ਲਓ ਆਪਾਂ ਪੀਡੀਐਫ ਵੀ ਨਾਲ ਅਪਲੋਡ ਕਰ ਦਾਂਗੇ ਹੁਣ ਕੀ ਹੈ ਜੀ ਦੇਖੋ ਨੋਟ ਕੀ ਹੈਗਾ ਉਕਤ ਦਿੱਤੇ ਗਏ ਸ਼ੈਡਿਊਲ ਅਧੀਨ ਵਿਸ਼ੇ ਸੋਟ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ਤੇ ਹਰ ਵਿਸ਼ੇ ਦੇ ਪਹਿਲੇ ਦਿਨ ਸੂਚੀ ਅਨੁਸਾਰ ਤਰਜੀਹ ਦਿੱਤੀ ਜਾਊ ਜਿਹੜੇ ਕੋਈ ਵੀ ਸਪੈਸ਼ਲ ਕੈਟਾਗਰੀ ਦੇ ਵਿੱਚ ਹੋਣਗੇ ਜੀ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਸਟੇਸ਼ਨ ਚੋਇਸ ਦੇ ਲਈ ਬੁਲਾਇਆ ਜਾਊਗਾ ਠੀਕ ਹੈ ਜੀ ਜ਼ਿਆਦਾਤਰ ਮਤਲਬ ਜਿੰਨੇ ਵੀ ਨੇੜੇ ਹੋਣ ਦੇ ਚਾਂਸ ਹੋਣਗੇ ਠੀਕ ਹੈ ਜੀ ਉਪਰੋਕਤ ਅਨੁਸਾਰ ਉਮੀਦਵਾਰ ਨਿਰਧਾਰਤ ਸਮੇਂ ਤੋਂ ਨਿਸ਼ਚਿਤ ਸਥਾਨ ਤੇ ਪਹੁੰਚਣਾ ਯਕੀਨੀ ਬਣਾਉਣਗੇ ਤੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਿਸੇ ਨੂੰ ਨਹੀਂ ਵਿਚਾਰਿਆ ਜਾਵੇਗਾ ਠੀਕ ਹੈ ਜੀ ਹਰ ਉਮੀਦਵਾਰ ਇਸ ਨੋਟਿਸ ਦੇ ਨਾਲ ਨੱਥੀ ਕੀਤੀ ਪੋਸਟਿੰਗ ਸਲਿੱਪ ਦੀ ਕਾਪੀ ਨਾਲ ਲਿਆਉਣਾ ਯਕੀਨੀ ਬਣਾਉਣਗੇ ਠੀਕ ਹੈ ਜੀ ਉੱਥੇ ਜਾ ਕੇ ਜਦੋਂ ਪਨ ਸਟੇਸ਼ਨ ਚੋਇਸ ਵਾਸਤੇ ਜਾਣਾ ਤਾਂ ਆਪਾਂ ਨੂੰ ਕੀ ਹੈ ਜੀ ਆਹ ਫਾਰਮ ਪਰਫਾਰਮਾ ਭਰ ਕੇ ਲੈ ਕੇ ਜਾਣਾ ਠੀਕ ਹੈ ਜੀ ਕੀ ਹੈ ਮਾਸਟਰ ਕਾਰਡ ਅਧੀਨ ਸਟੇਸ਼ਨ ਚੋਣ ਸਲਿੱਪ ਠੀਕ ਹੈ ਜੀ ਮਿਤੀ ਵੀਜ਼ਾ ਠੀਕ ਹੈ ਜੀ ਜਿਹੜਾ ਸਬਜੈਕਟ ਹੈਗਾ ਰੋਸਟਰ ਨੰਬਰ ਇਹਨਾਂ ਇੱਕ ਲਿਸਟ ਪਾਉਣਗੇ ਗਰੁੱਪ ਦੇ ਵਿੱਚ ਹੋ ਸਕਦਾ ਪਤਾ ਹੋਵੇ ਹੈ ਜੇ ਮੈਨੂੰ ਨਹੀਂ ਮਿਲੀ ਹੈਗੀ ਜਿਵੇਂ ਐਸਐਸਟੀ ਦੇ ਵਿੱਚ ਹੋਵੇ ਪੰਜਾਬੀ ਦੇ ਵਿੱਚ ਹੋਵੇ ਇਹ ਨਹੀਂ ਹੈਗਾ ਵੀ ਜਿਵੇਂ ਪਹਿਲਾਂ ਬਣੀ ਹੋਈ ਸੀ ਮੈਟ ਲਿਸਟ ਨਹੀਂ ਪਹਿਲਾ ਪਰਸਨ ਜਿਹਨੇ ਜਰਨਲ ਦਾ ਹੋ ਜੂਗਾ ਉਸ ਤੋਂ ਬਾਅਦ OBC ਦਾ ਹੋ ਜੂਗਾ ਉਸ ਤੋਂ ਬਾਅਦ ਕੈਟਾਗਰੀ SC ਦਾ ਹੋ ਜੂਗਾ MBC RO ਇਸ ਤਰ੍ਹਾਂ ਉਹਨਾਂ ਦੀ ਪਹਿਲਾਂ ਸੀਰੀਅਲ ਵਿੱਚ ਲੂ ਫਿਰ ਅੱਗੇ ਫਿਰ ਜਰਨਲ ਦਾ ਆ ਜੂਗਾ ਮਤਲਬ ਕਿ ਇਹਨੂੰ ਕਹਿੰਦੇ ਆ ਪਰ ਰੋਸਟਰ ਫਾਰਮ ਦੇ ਵਿੱਚ ਠੀਕ ਹੈ ਨਾ ਐਵੇਂ ਇੱਕ ਲਿਸਟ ਬਣੀ ਹੋ ਉਹਦੇ ਅਕੋਰਡਿੰਗ ਆਉਣਾ ਤੁਸੀਂ ਨੇ ਤੁਹਾਡੇ WhatsApp ਗਰੁੱਪਾਂ ਦੇ WhatsApp ਗਰੁੱਪਾਂ ਦੇ ਵਿੱਚ ਉਹ ਜੀ ਆ ਗਈ ਇੱਕ PDF ਆ ਗਈ ਹੋਗੀ ਠੀਕ ਹੈ ਜੀ ਉਦੋਂ ਆ ਰਜਿਸਟ੍ਰੇਸ਼ਨ ਨੰਬਰ ਲਿਖਣਾ ਹੈ ਨਿਯੁਕਤੀ ਪੱਤਰ ਦਾ ਡਿਸਪੈਚ ਨੰਬਰ ਉਹਦੇ ਉੱਤੇ ਜਿਹੜਾ ਲਿਖਿਆ ਹੋਇਆ ਸੀ ਠੀਕ ਹੈ ਜੀ ਨਿਯੁਕਤੀ ਪੱਤਰ ਦੇ ਉੱਪਰ ਉਮੀਦਵਾਰ ਦਾ ਨਾਮ ਪਿਤਾ ਦਾ ਮੰਗਾਇਲ ਨੰਬਰ ਉਤੇ ਅਲਾਟ ਕੀਤਾ ਗਿਆ ਪੋਸਟਿੰਗ ਸਕੂਲ ਠੀਕ ਹੈ ਜੀ ਉੱਥੇ ਤੁਸੋਂ ਮੰਗਣਗੇ ਠੀਕ ਹੈ ਨਾ ਜੇ ਤੁਹਾਡੇ ਸਮ ਨਾਲ ਅੱਗੇ ਕਾਲਾ ਤੇ ਤੁਸੀਂ ਦੋਵਾਂ ਦਾ ਸਟੇਸ਼ਨ ਸੇਮ ਹੋਇਆ ਤਾਂ ਪਹਿਲੇ ਨੂੰ ਪਹਿਲ ਦਿੱਤੀਓ ਤੇ ਤੁਸੋਂ ਨੂੰ ਉਸ ਤੋਂ ਬਾਅਦ ਵਾਲਾ ਕੋਈ ਵੀ ਸਟੇਸ਼ਨ ਜਿਹੜਾ ਤੁਸੀਂ ਫਿਲ ਕਰੋਗੇ ਤੁਸੋਂ ਨੂੰ ਉਹ ਮਿਲ ਜੂਗਾ ਠੀਕ ਹੈ ਜੀ ਤੇ ਆਹ ਫਾਰਮ ਭਰ ਕੇ ਲੈ ਕੇ ਜਾਣਾਗਾ ਜੀ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕਦਾ ਹੈ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਆ ਸਾਰਿਆਂ ਨੂੰ ਇਹ ਜਾਣਕਾਰੀ ਦਾ ਪਤਾ ਲੱਗ ਜੂਗਾ ਜੀ ਤੇ ਹੋਰ ਅਪਡੇਟ ਦੇ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਥੈਂਕ ਯੂ ਜੀ